ਸਤਿ ਸ਼੍ਰੀ ਅਕਾਲ, ਕਿਵੇਂ ਹੋ ਸਾਰੇ? ਹਾਂਜੀ, ਥੋੜ੍ਹੇ ਕੁ ਦਿਨ ਪਹਿਲਾਂ ਮੈਂ ਇੰਸਟਾ 'ਤੇ ਪੋਸਟ ਪਾਈ ਸੀਗੀ ਰਾਊਂਡ ਰੋਜ਼ ਫਲਾਵਰ ਦੀ। ਇਸ ਤਰ੍ਹਾਂ ਦਾ ਫਲਾਵਰ ਸੀਗਾ, ਉਸਦੀ ਤੁਹਾਨੂੰ ਫੁੱਲ ਡਿਟੇਲ ਵਾਲੀ ਵੀਡੀਓ ਚਾਹੀਦੀ ਸੀ ਨਾ, ਤਾਂ ਹੁਣ ਮੈਂ ਤੁਹਾਨੂੰ ਦੱਸਣ ਲੱਗੀ ਹਾਂ। ਠੀਕ ਹੈ, ਇਹ ਮੇਰੇ ਕੋਲ ਹੈਗਾ 12 ਨੰਬਰ ਦਾ ਰਾਊਂਡ ਬ੍ਰੱਸ਼, ਆਰਟਿਸਟ ਬ੍ਰੱਸ਼ ਹੈ। ਠੀਕ ਹੈ, ਅਤੇ ਇਹਦੇ ਵਾਸਤੇ ਮੈਂ ਕਲਰ ਲਿਆ ਨਿਓਨ ਪਿੰਕ, ਵਾਈਟ ਅਤੇ ਮਜੈਂਟਾ। ਠੀਕ ਹੈ, ਅਤੇ ਹੁਣ ਪਹਿਲਾਂ ਸਭ ਤੋਂ ਪਹਿਲਾਂ ਜਿਵੇਂ ਨਿਓਨ ਪਿੰਕ ਲੈਣਾ, ਨਿਓਨ ਪਿੰਕ ਤਾਂ ਆਪਾਂ ਇਸ ਤਰ੍ਹਾਂ ਰਾਊਂਡ ਲਗਾ ਕੇ ਵੀ ਜਸਟ ਇੱਕ ਬੇਸ ਦੀ ਤਰ੍ਹਾਂ ਆਪਾਂ ਚਲਾਉਣਾ ਹੈਗਾ। ਠੀਕ ਹੈ, ਚਾਹੇ ਤੁਸੀਂ ਪੂਰਾ ਇਹਨੂੰ ਗੋਲ ਗੋਲ ਵੀ ਲਗਾ ਸਕਦੇ ਹੋਗੇ, ਅਤੇ ਚਾਹੇ ਇਸ ਤਰ੍ਹਾਂ ਵੀ ਸਪੇਸ ਛੱਡ ਛੱਡ ਕੇ ਵੀ ਕਰ ਸਕਦੇ ਹੋ, ਜਾਂ ਪੂਰਾ ਇਹਨੂੰ ਐਵੇਂ ਐਵੇਂ ਕਰਕੇ ਪੂਰਾ ਵੀ ਬੇਸ ਲਗਾ ਸਕਦੇ ਹੋ। ਠੀਕ ਹੈ, ਹੁਣ ਇਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਵਾਈਟ ਦੇ ਟੱਚ ਦੇਵਾਂਗੇ। ਫਿਰ ਨਿਓਨ ਪਿੰਕ ਦੇ ਇਸ ਤਰ੍ਹਾਂ ਵੀ, ਮਤਲਬ ਵੀ ਆ ਤਿੰਨੇ ਸ਼ੇਡਸ ਨੂੰ ਆਪਾਂ ਯੂਜ਼ ਕਰਨਾ ਹੈਗਾ। ਠੀਕ ਹੈ, ਫਿਰ ਹੁਣ ਆਪਾਂ ਮਜੈਂਟਾ ਲਗਾਵਾਂਗੇ। ਇਸ ਤਰ੍ਹਾਂ, ਠੀਕ ਹੈ। ਫਿਰ ਬਾਅਦ 'ਚੋਂ ਥੋੜ੍ਹਾ ਥੋੜ੍ਹਾ ਵਾਈਟ ਸੁੱਕਣ ਤੋਂ ਬਾਅਦ ਇਹਨੂੰ ਆਪਾਂ ਫਿਰ ਹਲਕੇ ਹਲਕੇ ਵਾਈਟ ਅਤੇ ਬਲੈਕ ਟੱਚ ਦੇਵਾਂਗੇ। ਠੀਕ ਹੈ, ਠੀਕ ਹੈ, ਇਸ ਤਰ੍ਹਾਂ ਬਣਦਾ ਇਹ ਫਲਾਵਰ। ਓਕੇ, ਸੇਮ ਹੁਣ ਆਪਾਂ ਇੱਥੇ ਬਣਾਉਣਾ ਹੈਗਾ। ਠੀਕ ਹੈ, ਪਹਿਲਾਂ ਨਿਓਨ ਪਿੰਕ ਲਵਾਂਗੇ, ਚਾਹੇ ਤੁਸੀਂ ਇਸ ਤਰ੍ਹਾਂ ਨਾ ਪੂਰਾ ਪੂਰਾ ਰਾਊਂਡ ਬੇਸ ਵੀ ਲਗਾ ਸਕਦੇ ਹੋ। ਠੀਕ ਹੈ, ਫਿਰ ਵਿੱਚ ਥੋੜ੍ਹੇ ਵਾਈਟ ਸਟੋਕ। ਠੀਕ ਹੈ, ਫਿਰ ਸੁੱਕਣ ਤੋਂ ਬਾਅਦ ਆਪਾਂ ਇਹਦੇ ਵਿੱਚ ਵਾਈਟ ਟੱਚ ਦੇਵਾਂਗੇ ਅਤੇ ਬਲੈਕ ਬਰੀਕ ਬ੍ਰੱਸ਼ ਨਾਲ, 0 ਨੰਬਰ ਬ੍ਰੱਸ਼ ਨਾਲ। ਠੀਕ ਹੈ, ਓਕੇ, ਇਸ ਤਰ੍ਹਾਂ ਬਣਾਉਣਾ ਆਪਾਂ ਇਹਨੂੰ। ਹਾਂਜੀ, ਹੁਣ ਆਪਾਂ ਇਹਦੇ ਪੱਤੀਆਂ ਵਗੈਰਾ ਲਗਾਉਣੀਆਂ ਨੇਗੀਆਂ। ਆਪਣੇ ਕੋਲ ਹੈਗਾ ਸੈਪ ਗ੍ਰੀਨ ਅਤੇ ਬਰਾਊਨ ਬ੍ਰੰਟ ਸ਼ਾਈਨਾ, ਅਤੇ ਬ੍ਰੱਸ਼ ਹੈਗਾ ਮੇਰੇ ਕੋਲ 6 ਨੰਬਰ। ਠੀਕ ਹੈ, ਪਹਿਲਾਂ ਮੈਂ ਵਿੱਚੇ ਹੁਣ ਗ੍ਰੀਨ ਲੈ ਰਹੀ ਹਾਂ। ਠੀਕ ਹੈ, ਇਸ ਤਰ੍ਹਾਂ ਪੱਤੀ ਬਣਾ ਰਹੇ ਹਾਂ ਆਪਾਂ, ਅਤੇ ਹੁਣ ਬਰਾਊਨ ਲੈ ਰਹੀ ਹਾਂ ਸਿੱਧਾ ਡਾਇਰੈਕਟ, ਵੀ ਵਿੱਚੇ ਥੋੜ੍ਹਾ ਜਿਹਾ ਬ੍ਰੱਸ਼ 'ਤੇ ਗ੍ਰੀਨ ਸੀਗਾ, ਵਿੱਚੇ ਹੀ ਬਰਾਊਨ ਆ ਗਿਆ। ਠੀਕ ਹੈ, ਇਹਦੇ ਨੀਚੇ ਜਿਵੇਂ ਬਰਾਊਨ ਲਿਆ ਸੀ, ਹੁਣ ਮੈਂ ਗ੍ਰੀਨ ਲੈ ਰਹੀ ਹਾਂ। ਹੁਣ ਫਿਰ ਮੇਰੇ ਕੋਲ ਗ੍ਰੀਨ ਹੈ। ਠੀਕ ਹੈ, ਹੁਣ ਬਰਾਊਨ ਹੈ, ਹੁਣ ਫਿਰ ਬਰਾਊਨ। ਇਹ ਤੁਹਾਡੀ ਮਰਜ਼ੀ ਹੈ, ਤੁਸੀਂ ਕਿੱਥੇ ਪੱਤੀ ਆਪਣੀ ਬਰਾਊਨ ਸ਼ੋਅ ਕਰਨਾ ਚਾਹੁੰਦੇ ਹੋ, ਕਿੱਥੇ ਗ੍ਰੀਨ ਕਰਨਾ ਚਾਹੁੰਦੇ ਹੋ, ਤੁਹਾਡੀ ਮਰਜ਼ੀ ਹੈ। ਠੀਕ ਹੈ,
वैसे ना तुसी अपने ज़्यादातर आ वाली पत्तियां यूज़ करे करो ना, हर एक डिज़ाइन विच ये ज़्यादा अच्छी लगदियां नहीं है इस तरह दियां पत्तियां। ठीक है, हुण बस इस तरह लाइनां जिहियां लगा देंगे आपां। ठीक है, इसी तरह आपां हिप ते बनाया। ठीक है, एक फ्लावर मोढ़े ते बनाया ते आ इधर अपनी बाजू है। ठीक है, आपां इन्हां फ्लावर च ना थोड़ा थोड़ा आपां वाइट का टच देना हैगा 0 नंबर ब्रश नाल। ठीक है, ठीक है, इस तरह बस इन्ना इन्ना क। हाँ जी, हुण आपां ब्लैक कलर लैके थोड़ा थोड़ा टच देना है, जिवें वाइट दे टच दिते ना बस उस तरह ब्लैक दे। ठीक है, ਇਹ ਬਸ ਆ ਪੱਤੀਆਂ ਦੇ ਵਿੱਚ ਵੀ ਆਪਾਂ ਬਲੈਕ ਲਾਈਨਿੰਗ ਕਰਾਂਗੇ। ठीक है, बस आप इन्ना क रेडी करना है, बाकी उन्होंने भी बस ब्लैक रह गया वो कर देना, फिर डिज़ाइन कंप्लीट है। हाँ जी, अपना डिज़ाइन कंप्लीट हो गया। वो मोढ़े ते है, आ हिप ते है, आ घेरे दे चौक ते है। ठीक है, आ बाजू ते है। ओके, अपना सूट रेडी आ। दुपट्टा मैं पहला करता सीगा जिदी मैं शॉर्ट शॉर्ट वीडियो पाई सीगी। ठीक है, ओके फ्रेंड्स, वधिया लगे तो शेयर करो, लाइक करो। ओके बाय।